ਤੇ ਫਿਰ ਉੱਥੇ ਇਹ ਵਚਨ ਆਇਆ ਵੀ ਆਉਣ ਵਾਲੇ ਸਮੇਂ ਵਿੱਚ ਜਦੋਂ ਨੇਕ ਲੰਕ ਰੂਪ ਧਾਰਨ ਕਰਨਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਸਮ ਪਾਤਸ਼ਾਹ ਦੀ ਬਾਣੀ ਚ ਸਾਰਾ ਵਚਨ ਆਉਂਦਾ ਵੀ ਜੋ ਅੱਗੇ ਸਮਾਂ ਵਰਤਾਰਾ ਵਰਤਣਾ ਹੈ। ਕੁਝ ਗੱਲਾਂ ਨਿਸ਼ਾਨੀਆਂ ਹੁਣ ਸਾਹਮਣੇ ਆ ਵੀ ਚੁੱਕੀਆਂ, ਜਿਵੇਂ ਪਿਓ ਧੀ ਦਾ ਰਿਸ਼ਤਾ ਨਹੀਂ ਰਹਿਣਾ, ਮਾਂ ਪੁੱਤਰ ਦਾ ਰਿਸ਼ਤਾ ਨਹੀਂ ਰਹਿਣਾ, ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ। ਇਹ ਵਚਨ ਵੀ ਮਹਾਰਾਜ ਨੇ ਲਿਖੇ ਨੇ। ਉਹ ਵੀ ਲਗਭਗ ਦੇਖੋ ਸਮਾਜ ਵਿੱਚ ਕਈ ਥਾਵਾਂ ਤੇ ਇਹੋ ਜਿਹੀ ਆਵਾਜ਼ ਪਸ਼ੂਆਂ ਵਾਲੀ ਬਿਰਤੀ ਹੋ ਰਹੀ, ਜਿਹੜੀ ਪਾਪ ਨੇ ਉਹ ਵਰਤਾਰਾ ਕਰ ਦੇਣਾ। ਦੂਸਰਾ ਫਿਰ ਕੋਈ ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹ ਕੇ ਰਾਜੀ ਨਹੀਂ ਹੋਵੇਗਾ, ਇਹ ਵੀ ਲਿਖਿਆ। ਕੋਈ ਧਰਮ ਭਾਵੇਂ ਉਹ ਕਿਸੇ ਧਰਮ ਦਾ ਗ੍ਰੰਥ ਹੈ, ਇਕੱਲੇ ਆਪਣੇ ਨਹੀਂ, ਵੀ ਆਪਣੇ ਬੱਚੇ ਦੀ ਬਾਣੀ ਪੜ੍ਹਦੇ। ਦੂਜੇ ਪਾਸੇ ਵੀ ਇਹੀ ਹਾਲ ਹੈ, ਉਹ ਵੀ ਹਟਦੇ ਜਾ ਰਹੇ। ਉਧਰ ਬਾਹਰ ਜਾਓ ਚਰਚ ਖਾਲੀ ਹੁੰਦੇ ਜਾ ਰਹੇ, ਹਜੇ ਆਪਣੇ ਗੁਰਸਿੱਖਾਂ ਦੇ ਫਿਰ ਵੀ ਗੁਰੂ ਨਾਨਕ ਦੀ ਕਿਰਪਾ ਹੈ ਵੀ ਆਪਣੇ ਗੁਰਦੁਆਰਿਆਂ ਚ ਰੌਣਕ ਚੰਗੀ, ਉਧਰ ਮਸਤਾਨਾ ਪੈਰਾ ਹੁੰਦਾ। ਪਰ ਮਹਾਰਾਜ ਕਹਿੰਦੇ ਇੱਕ ਟਾਈਮ ਐਸਾ ਆ ਜਾਣਾ ਦੁਨੀਆਂ ਤੇ ਵੀ ਧਰਮ ਗ੍ਰੰਥ ਜਿਹੜੇ ਨੇ ਭੁੱਲ ਕੇ ਵੀ ਹੱਥ ਨਹੀਂ ਲਾਣਗੇ। ਅੱਜ ਸਤਸੰਗ ਜੀ ਆਪਾਂ ਸਾਰਾ ਦਿਨ ਫੇਸਬੁੱਕ ਤੇ ਵਟਸਐਪ ਤੇ ਬੈਠੇ ਰਹੀਏ, ਪਰ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਸਾਨੂੰ ਉਸੇ ਮੋਬਾਈਲ ਦੇ ਵਿੱਚ ਹੀ ਪਾਠ ਹੈ, ਪਰ ਨਹੀਂ ਉਹ ਰੁਚੀ ਨਹੀਂ ਜਾਗੇਗੀ। ਏਦਾਂ ਦੀਆਂ ਜੇ ਕਲਯੁਗ ਦੀਆਂ ਨਿਸ਼ਾਨੀਆਂ ਦੱਸਦੇ ਮਹਾਰਾਜ ਵੀ ਆਪਣੇ ਧਰਮ ਤੇ ਨਾ ਰਾਜਾ ਰਹੇਗਾ ਨਾ ਪਰਜਾ ਰਹੇਗੀ। ਰਾਜੇ ਦਾ ਧਰਮ ਪਰਜਾ ਦੀ ਪਾਲਣਾ ਕਰਨੀ, ਦੁਨੀਆਂ ਨੂੰ ਮੇਰੇ ਬੱਚੇ ਆ, ਇਹਨਾਂ ਨੂੰ ਰੋਟੀ ਮਿਲੇ, ਇਹਨਾਂ ਨੂੰ ਪ੍ਰਸ਼ਾਦਾ ਟਾਈਮ ਨਾਲ ਮਿਲੇ, ਇਹ ਰਾਜਾ ਦਾ ਧਰਮ ਹੈ। ਕੋਈ ਬਾਹਰੋਂ ਕੋਈ ਹਮਲਾ ਕਰੇ, ਉਹਨਾਂ ਰਾਜੇ ਨੇ ਪਰਜਾ ਦੀ ਰੱਖਿਆ ਕਰਨੀ ਹੈ, ਉਹ ਰਾਜੇ ਦਾ ਧਰਮ ਹੈ। ਪਰ ਉਹ ਆਪਣੇ ਧਰਮ ਤੋਂ ਰਾਜੇ ਭੱਜ ਜਾਣਗੇ, ਆਖੋ ਸਤਨਾਮ ਸ੍ਰੀ। ਤੇ ਪਰਜਾ ਦਾ ਕੀ ਧਰਮ ਹੈ? ਪਰਜਾ ਦਾ ਧਰਮ ਹੈ ਵੀ ਆਪਣੇ ਰਾਜੇ ਨੂੰ ਟਾਈਮ ਸਿਰ ਟੈਕਸ ਦੇਵੇ, ਟਾਈਮ ਸਿਰ ਉਹ ਆਪਣੇ ਰਾਜੇ ਦਾ ਹੁਕਮ ਮੰਨੇ, ਆਪਣੇ ਰਾਜੇ ਦੀ ਉਮਰ ਲੰਬੀ ਹੋਣ ਵਾਸਤੇ ਕੋਈ ਦੁਆ ਅਰਦਾਸ ਕਰੇ। ਉਹ ਉਹਨੂੰ ਆਪਣਾ ਸਮਝੇ, ਉਹਨੂੰ ਆਪਣਾ ਸਮਝੇ, ਪਰਜਾ ਸਮਝੇ ਰਾਜਾ ਪਿਓ ਹੈ, ਰਾਜਾ ਸਮਝੇ ਪਰਜਾ ਮੇਰੇ ਬੱਚੇ ਹੈ। ਪਰ ਕਹਿੰਦੇ ਏਦਾਂ ਹੋਣਾ ਨਹੀਂ ਕਲਯੁਗ ਵਿੱਚ, ਆਖੋ ਸਤਨਾਮ ਸ੍ਰੀ। ਵਰਤਾਰਾ ਹੋਰ ਹੋ ਜਾਣਾ। ਰਾਜੇ ਸ਼ੀ ਮੁਕੱਦਮ ਕੁੱਤੇ ਜਿਹੜੇ ਬਚਨ ਮਹਾਰਾਜ ਨੇ ਕਹੇ ਨੇ ਉਹ ਕਲਯੁਗ 'ਚ ਵਧਦੇ ਜਾਣੇ, ਕਲਯੁਗ ਦਾ ਇਹ ਵਰਤਾਰਾ ਹੋਣਾ। ਕਹਿੰਦੇ ਫਿਰ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਹੋ ਜਾਏਗਾ, ਫਿਰ ਐਸਾ ਵੀ ਸਮਾਂ ਆ ਜਾਏਗਾ ਕਿ ਧਰਮ ਗ੍ਰੰਥ ਪੜ੍ਹਨ ਉੱਤੇ ਪਾਬੰਦੀ ਲੱਗ ਜਾਏਗੀ, ਆਖੋ ਸ੍ਰੀ ਵਾਹਿਗੁਰੂ। ਪੋਥੀ ਪੜ੍ਹਨ ਤੇ ਬੰਦਰ ਗੁਰਦੁਆਰਿਆਂ ਨੂੰ ਤਾਲੇ ਲੱਗ ਜਾਣਗੇ, ਤੇ ਪੋਥੀ ਕੋਈ ਪੜ੍ਹੇਗਾ ਤੇ ਉਹਨੂੰ ਫੜ ਕੇ ਲੈ ਜਾ ਕਰਨਗੇ ਥਾਣੇ 'ਚ, ਤੂੰ ਪੋਥੀ ਪੜ੍ਹਦਾ। ਉਹਨੂੰ ਰਾਜੇ ਜੇਲ੍ਹਾਂ ਸੁੱਟਣਗੇ, ਫਾਂਸੀ ਦੇਣਗੇ, ਮਾਰਿਆ ਕਰਨਗੇ। ਕਹਿੰਦੇ ਫਿਰ ਇਸ ਤਰ੍ਹਾਂ ਦਾ ਜਦੋਂ ਸਮਾਂ ਆ ਜਾਏਗਾ, ਫਿਰ ਕਹਿੰਦੇ ਵੀ ਇੱਕ ਸਾਧੂ ਆਪਣੇ ਘਰ ਦੇ ਵਿੱਚ ਥੱਲੇ ਅੰਡਰਗਰਾਊਂਡ ਜਿਵੇਂ ਹੁੰਦਾ ਭੌਰੇ ਟੈਪ ਕਮਰਾ, ਉਹਦੇ 'ਚ ਬਹਿ ਕੇ ਪਰਮੇਸ਼ੁਰ ਦੀ ਭਗਤੀ ਕਰੇਗਾ। ਉਹਦੀ ਘਰਵਾਲੀ ਕਹਿ ਗਈ ਬੰਦ ਕਰ, ਕਿਉਂਕਿ ਘਰਵਾਲੀ ਪਰਮੇਸ਼ੁਰ ਨੂੰ ਮੰਨਦੀ ਨਹੀਂ ਹੋਣੀ। ਅੱਜ ਕੱਲ੍ਹ ਵੀ ਇੱਦਾਂ ਹੀ ਹੈ, ਆਖੋ ਸ੍ਰੀ ਵਾਹਿਗੁਰੂ। ਘਰ 'ਚ ਚਾਰ ਜੀ ਨੇ, ਚਾਰ ਮਤ ਨੇ। ਘਰਵਾਲੀ ਦਾ ਹੋਰ ਮਤ ਹੈ, ਘਰਵਾਲੇ ਦਾ ਹੋਰ ਹੈ, ਬੱਚੀ ਦਾ ਹੋਰ ਹੈ, ਬੇਟੇ ਦਾ ਹੋਰ ਹੈ। ਉਹ ਕਿਸੇ ਮੰਦਰ ਜਾਂਦਾ, ਉਹ ਕਿਸੇ ਪੀਰ ਤੇ ਜਾਂਦੀ ਹੈ, ਉਹ ਕਿਸੇ ਹੋਰ ਪਾਸੇ ਮੱਥਾ ਟੇਕਦਾ। ਇੱਕ ਧਰਮ ਨਹੀਂ ਰਹਿ ਗਿਆ, ਇੱਕ ਵਿਚਾਰ ਨਹੀਂ ਰਹਿ ਗਈ। ਫਿਰ ਕਹਿੰਦੇ ਉਹ ਘਰਵਾਲੀ ਕਹੇਗੀ ਵੀ ਇਹ ਮੇਰਾ ਘਰਵਾਲਾ ਜਿਹੜਾ ਨਾ ਹਟਦਾ ਨਹੀਂ ਪੂਜਾ ਕਰਨ ਤੋਂ, ਪਾਠ ਕਰਨ ਤੋਂ। ਪਹਿਲਾਂ ਤਾਂ ਉਦਾਂ ਸਮਝਾਏਗੀ, ਫਿਰ ਰੌਲਾ ਪਾਏਗੀ, ਲੜੇਗੀ। ਜਦੋਂ ਪੂਜਾ ਤੋਂ ਨਹੀਂ ਹਟੇਗਾ, ਉਹ ਰਾਜੇ ਕੋਲ ਜਾ ਕੇ ਸ਼ਿਕਾਇਤ ਕਰੇਗੀ ਸਰਕਾਰ ਕੋਲ, ਵੀ ਇਹ ਮੇਰਾ ਘਰ ਵਾਲਾ, ਮੇਰੇ ਘਰ ਚੱਲ ਕੇ ਦੇਖ ਲਓ, ਥੱਲੇ ਬਹਿ ਕੇ ਪਾਠ ਕਰਦਾ। ਰਾਜਾ ਆਵੇਗਾ ਉਹਨੂੰ ਫੜਨ ਵਾਸਤੇ। ਜਦੋਂ ਰਾਜਾ ਆਵੇਗਾ ਤੇ ਉਹਨੂੰ ਕਹੇਗਾ ਵੀ ਬੰਦ ਕਰ, ਉਹ ਨਹੀਂ ਕਰੇਗਾ ਤੇ ਤਲਵਾਰ ਮਾਰਨ ਲੱਗੇਗਾ।
तब पई शूक पौरे मजार। उस पौरे अंदर शूक कलकी का मतलब की है, किलकारी मारेगा। ने कलंक बजी डंक चढ़ू दल रविंद जी। वो बड़ी भयानक किलकारी मारेगा। जो किलकारी मारेगा उसके तिने लोग खंड ब्रह्मांड जड़े है वह कंब जाएंगे, तो वह तलवार ना राजे का सिर ला देगा। वह फिर ने कलंक घोड़े से चढ़ के फिर त्रैसे हाथ तंगी खंडा धोया। दसम पातशाह की बाणी हाथ कहते हैं इतों लैके आउंगल का जो शिखर है, यानी डेढ़ फुट का एक हाथ होंगे, तो 450 हाथ का खंडा होगा। हुण इहदे विच मैं तो इदा भी समझ सकता ख्याल है भी आ जिहड़ा एटम बंब है की है, ये भी तो लम्मा खंडा ही है। तोपां दे बंब जिहड़े ने की है खंडा ही है। जिहड़ा करोना वर्गा खंडा की पता किदां दा खंडा बना लवे। दसम पातशाह ने रोग अस्त्र भी लिखा ना, जिहड़ा रोग अस्त्र है वह रोग चलेगा, उहदे चों बीमारियां निकलणगियां, रोग निकलणगे, उह रोग जिहड़े ने लोकां नूं जाके खत्म कर देणे। जिहड़ा बाबा जी बचन कर गए ने, इह भी इत्थे सप्पां वाला भी बचन है भी इत्थे 96 करोड़ ही फौज गुप्त फौज प्रगट होएगी। काल पुरख दे रंग ने किहड़े रूप च की करेगा, महाराज कहिंदे ऐसा जदों वरतारा होवेगा, पाप समूह विनाशन कहो कलकी अवतार कहावेंगे। सारे पापा नूं नाश करन लई कलकी अवतार कहावेंगे। तुरकच्छ तुरक देश दा तुरकिस्तान दा घोड़ा सपच्छ बड़ो खंभा वाला जिहड़ा उड़दा होवेगा। हुण की पता हो जाए इन्हां जहाजां वाले इशारा है कि इस तों वी तेज बनने ने, ये कोई पता नहीं। कहिंदे उड्डण वाले घोड़े होने ने, काल पुरख की खेड है, आपां नहीं जाणदे किदां दा होएगा, पर यह भी तो वो खेड ही है। जेडे जहाज फिरते ने जंगी जहाज ने की ने एटम ने, वो की खंडा चलाएगा, तबाही का मंजर होगा। तुरकच्छ तुरंग सपच्छ बड़ो कर काढ़ किरपान कंपावेंगे। हथ में तलवार होगी, धरती तो असमान थर थर कंबेगा, वो ना दसेगा फिर मैं हां तुम मैनू भुल गए सी। कर काढ़ किरपान कंपावेंगे निकसे जिम केहर परबत, जिमें अपनी गुफा चो शेर निकलता ना अपने सिर दे केसां नूं छंड के, निकसे जिम केहर परबत तस सोब दिवालिया पाव। दिवालिया कहिंदे ने मंदर नूं, श्री हरिमंदर साहब जी परमेश्वर दे दरबार ऐसी शोभा पाणगे, पल भाग पयाए संभल के हर जू हर मंदर आवेंगे। उस वेले श्री हरिमंदर साहब भी आके दर्शन करने महाराज ने। सो साध संगत जी वो बचन इत्थे होए। कोई हुण पुछे भई ये इहदा प्रमाण की है, आखो श्री वाहिगुरु। हर चीज का प्रमाण पुछदे ने लोग, की है जी तुहाडे कोल प्रमाण की है, एग्जाम्पल दिओ कोई सिद्ध करो। तो इत्थे भाई रतन सिंह जी पंगू जी पंथ प्रकाश विच लिखते ने, वो कहिंदे सिमरत वेद पुराण सब जिन्ने ग्रंथ जिन्नियां पोथियां ने, एक कंचन के चेर, कंचन कहिंदे ने सोने नूं, ये सब पैसे दे थले पैसे दे गुलाम ने चेले ने जिन्ने भी ग्रंथ ने। किवें ग्रंथ दे वास्ते कागज चाहिदा, स्याही चाहिए, प्रिंटिंग प्रेस चाहिए, जिल्द बनने वाला चाहिए, पैसा चाहिए कि नहीं चाहिए? पैसे नाल ही खरीदा कोई ग्रंथ? कहिंदे ये कंचन के चेर, ये सोने दे गुलाम ने, पर अनुभव पारस की कणी। आखो श्री वाहे। अनुभव जेड़ा फील करना महसूस करना वो पारस की कणी है। पारस एक ऐसा पत्थर होंदा जिहड़ा लोहे नूं तांबे नूं जिस्त नूं सोना बना दिंदा छू के। जिहड़ा अनुभव है
ਕਿਸੇ ਮਹਾਂਪੁਰਸ਼ ਦਾ ਉਹ ਪਾਰਸ ਦੀ ਕਣੀ ਹੈ। ਕੰਚਨ ਕਰੈ ਸੁਮੇਰ, ਉਹ ਤਾਂ ਸੁਮੇਰ ਪਰਬਤ ਨੂੰ ਸੋਨਾ ਬਣਾ ਸਕਦਾ, ਪਹਾੜ ਜਿੰਨਾ ਸੋਨਾ ਹੋ ਜਾਵੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਇਹ ਬਚਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੁਭਵ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਅਨੁਭਵ ਦੇ ਵਿੱਚ ਆਇਆ ਹੈ, ਉਹਨਾਂ ਨੇ ਦੇਖਿਆ ਹੈ ਅੱਗੇ ਕੀ ਹੋਣਾ। ਮੈਂ ਤੂੰ ਨਹੀਂ ਦੇਖਿਆ, ਅਸੀਂ ਨਹੀਂ ਦੇਖਿਆ, ਕਿਉਂ? ਸਾਡਾ ਉਨਾ ਡੂੰਘਾ ਅਨੁਭਵ ਨਹੀਂ ਹੈ। ਅਨੁਭਵ ਜਿੰਨਾ ਡੂੰਘਾ ਹੋਏਗਾ ਓਨੀ ਸਮਝ ਆਏਗੀ। ਦਸਮ ਪਾਤਸ਼ਾਹ ਜਿੰਨਾ ਸਾਡਾ ਅਨੁਭਵ ਨਹੀਂ ਹੈ, ਇਸ ਕਰਕੇ ਸਾਨੂੰ ਸ਼ੰਕਾ ਹੁੰਦਾ ਜੀ ਕਦੋਂ ਟਾਈਮ ਆਏਗਾ, ਕਿਵੇਂ ਹੋਏਗਾ, ਇੱਦਾਂ ਕਿਵੇਂ ਹੋ ਸਕਦਾ। ਇਸ ਕਰਕੇ ਸਾਧ ਸੰਗਤ ਜੀ ਗੁਰੂ ਦੇ ਅਨੁਭਵ ਤੇ ਸੁਣਿਆ, ਮੰਨਿਆ, ਮਨ ਕੀਤਾ। ਸੁਣ ਲਓ ਸਤਿਗੁਰਾਂ ਦੇ ਬਚਨ, ਮੰਨ ਲਓ।